ਐਸ ਵਾਲੇ ਦੀ ਬੇਹੱਦ ਹੀ ਹੈਰਾਨੀ ਜਨਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀ ਹਾਂ ਖਬਰ ਜੁੜੀ ਹੋਈ ਹੈ ਗੁਰੂ ਘਰ ਦੇ ਵਿੱਚ ਇੱਕ ਵਾਰ ਫਿਰ ਤੋਂ ਹੋਈ ਬੇਅਦਬੀ ਦੇ ਨਾਲ ਜੀ ਹਾਂ ਮਰਿੰਡਾ ਦੇ ਇੱਕ ਗੁਰੂ ਘਰ ਦੇ ਵਿੱਚ ਗੁਰਗ੍ਰੰਥ ਸਾਹਿਬ ਤੇ ਰੂਪਾ ਦੀ ਬੇਅਦਬੀ ਹੋਈ ਹੈ ਵੱਡੀ ਖਬਰ ਜੋ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਗੁਰਦਾਰਾ ਕਤਵਾਲੀ ਸਾਹਿਬ ਦੇ ਅੰਦਰ ਇੱਕ ਸ਼ਖਸ ਹੁੰਦਾ ਹੈ ਸੀਸੀਟੀਵੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸ਼ਖਸ ਗੁਰੂ ਘਰ ਦੇ ਅੰਦਰ ਐਂਟਰ ਹੁੰਦਾ ਤੇ ਐਂਟਰੀ ਦੇ ਦੌਰਾਨ ਇਸ ਸ਼ਖਸ ਤੇ ਵੱਲੋਂ ਚੱਪਲਾਂ ਪਾਈਆਂ ਗਈਆਂ ਹੁੰਦੀਆਂ ਜੀ ਹਾਂ ਪੈਰਾਂ ਦੇ ਵਿੱਚ ਇਸ ਇਸ ਤੇ ਚੱਪਲਾਂ ਪਾਈਆਂ ਹੁੰਦੀਆਂ ਤੇ ਗੁਰੂ ਘਰ ਦੇ ਵਿੱਚ ਇਹ ਸ਼ਖਸ ਜਿਹੜਾ ਅੰਦਰ ਵੜਿਆ ਹੁੰਦਾ ਤੇ ਜਿੱਥੇ ਰਾਗੀ ਸਿੰਘ ਕਹਿ ਲੋ ਜਾਂ ਕਹਿ ਲੋ ਕਿ ਗ੍ਰੰਥੀ ਸਿੰਘ ਬੈਠ ਕੇ ਪਾਠ ਕਰ ਰਹੇ ਹੁੰਦੇ ਨੇ ਜਿੱहां ਪਾਠ ਕੀਤਾ ਜਾ ਰਿਹਾ ਹੁੰਦਾ ਤਾਂ ਉੱਥੇ ਇਹ ਸ਼ਖਸ ਜਿਹੜਾ ਐਂਟਰੀ ਕਰਦਾ ਚੱਪਲਾਂ ਪਾ ਕੇ ਬਿਲਕੁਲ ਅੰਦਰ ਨੂੰ ਵੜੇ ਆਉਂਦਾ ਦਰਬਾਰ ਸਾਹਿਬ ਦੇ ਅੰਦਰ ਇਹ ਸ਼ਖਸ ਜਿਹੜਾ ਪਹੁੰਚ ਜਾਂਦਾ ਜਿਸ ਤੋਂ ਬਾਅਦ ਇਹ ਪਹਿਲਾਂ ਤਾਂ ਗ੍ਰੰਥੀ ਸਿੰਘਾਂ ਦੇ ਉੱਤੇ ਹਮਲਾ ਕਰਦਾ ਇਸ ਹਮਲੇ ਦੇ ਦੌਰਾਨ ਦੋਵੇਂ ਹੀ ਗ੍ਰੰਥੀ ਸਿੰਘਾਂ ਦੀਆਂ ਦਸਤਾਰਾਂ ਲੱਥ ਜਾਂਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਸ਼ਖਸ ਦੇ ਵੱਲੋਂ ਚੱਪਲਾਂ ਪਾਈਆਂ ਅੰਦਰੋਂ ਦਾ ਪਹਿਲਾਂ ਫਿਰ ਹਮਲਾ ਕੀਤਾ ਜਾਂਦਾ ਹੈ ਦੋਵੇਂ ਹੀ ਗਰੰਥੀ ਸਿੰਘਾਂ ਦੀਆਂ ਦਸਤਾਰਾਂ ਜੜੀਆਂ ਨੇ ਇਸ ਸ਼ਖਸ ਦੇ ਵੱਲੋਂ ਲਾ ਦਿੱਤੀਆਂ ਜਾਂਦੀਆਂ ਮਾਰਕੁੱਟ ਕੀਤੀ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਦਸਤਾਰਾਂ ਲੱਥ ਜਾਂਦੀਆਂ ਜਿਸ ਤੋਂ ਬਾਅਦ ਇਹ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਨੂੰ ਚੁੱਕਦੇ ਅਤੇ ਬਿਲਕੁਲ ਸਾਈਡ ਦੇ ਉੱਤੇ ਸੁੱਟ ਦਿੰਦਾ ਬਹੁਤ ਵੱਡੀ ਬੇਅਦਬੀ ਦੀ ਘਟਨਾ ਇੱਕ ਵਾਰ ਫਿਰ ਤੋਂ ਵਾਪਰੀ ਇਸ ਤੋਂ ਪਹਿਲਾਂ ਵੀ ਅਜਿਹੀਆਂ ਬਹੁਤ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਜੜੀਆਂ ਨੇ ਵਾਪਰ ਚੁੱਕੀਆਂ ਨੇ ਪਰ ਇੱਕ ਵਾਰ ਫਿਰ ਤੋਂ ਅਜਿਹੀ ਘਟਨਾ ਵਾਪਰੀ ਹੈ ਜਿਸ ਕਰਕੇ ਸਿੱਖਾਂ ਦੇ ਵਿੱਚ ਕਾਫੀ ਦਾ ਰੋਜ਼ ਪਾਇਆ ਜਾ ਰਿਹਾ ਕਿ ਆਖਿਰਕਾਰ ਕਿਉਂ बार-बार ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਕਿਉਂ ਗੁਰੂ ਸਾਹਿਬ ਨੂੰ ਬਾਰ-ਬਾਰ ਉਹਨਾਂ ਦੇ ਸਰੂਪਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਵੱਡੇ ਸਵਾਲ ਖੜੀ ਕਰ ਰਹੀ ਹੈ ਇਹ ਵੀਡੀਓ ਦੱਸ ਦਈਏ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੇ ਵਿਵਾਦਾਂ ਦੇ ਵਿੱਚ ਇਹ ਵੀਡੀਓ ਜਿਹੜੀ ਹੈ ਘਿਰ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚੱਪਲਾਂ ਪਾ ਕੇ ਇਹ ਬੰਦਾ ਜੋ ਹੈ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਚੱਪਲਾਂ ਪਾਈਆਂ ਹੁੰਦੀਆਂ ਉਸ ਤੋਂ ਬਾਅਦ ਬਿਲਕੁਲ ਇਹ ਗੁਰੂ ਸਾਹਿਬ ਦੇ ਸਰੂਪਾਂ ਦੇ ਨਾਲ ਬੇਅਦਬੀ ਕਰ ਚੱਕ ਕੇ 헤ਠਾਂ ਸੁੱਟ ਦਿੰਦਾ ਜਿਸ ਤੋਂ ਬਾਅਦ ਗ੍ਰੰਥੀ ਸਿੰਘਾਂ ਦੀ ਜੋਥੇ ਗ੍ਰੰਥੀ ਸਿੰਘ ਮੌਜੂਦ ਹੁੰਦੇ ਆ ਪਾਠ ਕਰ ਰਹੇ ਹੁੰਦੇ ਆ ਪਾਠ ਕਰਦੇ ਆ ਦੇ ਉੱਪਰ ਹਮਲਾ ਕੀਤਾ ਜਾਂਦਾ ਉਹਨਾਂ ਦੇ ਦਸਤਾਰਾਂ ਜਿਹੜੀਆਂ ਨੇ ਲੱਥ ਜਾਂਦੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਵਾਰ ਫਿਰ ਤੋਂ ਇਹ ਬੇਅਦਬੀ ਹੋਈ ਦੱਸ ਦਈਏ ਕਿ ਮਰਿੰਡਾ ਦੇ ਗੁਰੂ ਘਰ ਕਤਵਾਲੀ ਸਾਹਿਬ ਦੇ ਵਿੱਚ ਮਰਿੰਡਾ ਦੇ ਕਤਵਾਲੀ ਸਾਹਿਬ ਗੁਰੂ ਘਰ ਦੇ ਵਿੱਚ ਅੱਜ ਵੱਡੀ ਬੇਅਦਬੀ ਹੋਈ ਹੈ ਕਰੀਬ 1.5 ਵਜੇ ਦਾ ਸਮਾਂ ਸੀ ਜਿਸ ਵੇਲੇ ਵੱਡੀ ਵਾਰਦਾਤ ਜੋ ਕਹ ਲੋ ਕਿ ਵੱਡੀ ਬੇਅਦਬੀ ਹੋ ਜਾਂਦੀ ਹੈ ਕਰੀਬ 1.5 ਵਜੇ ਦਾ ਸਮਾਂ ਸੀ ਜਿਸ ਵੇਲੇ ਬੇਅਦਬੀ ਹੁੰਦੀ ਹੈ ਇਹ ਸਭ ਤੋਂ ਬਾਅਦ ਗੁਰੂ ਘਰ ਦੇ ਵਿੱਚ ਮੌਜੂਦ ਸੰਗਤਾਂ ਹੁੰਦੀਆਂ ਇੰਨੇ ਨੂੰ ਕਿਸੇ ਵੱਲੋਂ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਤੇ ਪੁਲਿਸ ਜੋ ਹੈ ਉਸ ਬੰਦੇ ਨੂੰ ਹਿਰਾਸਤ ਦੇ ਵਿੱਚ ਲੈ ਲੈਂਦੇ ਕਿਉਂਕਿ ਮੌਕੇ ਦੇ ਉੱਤੇ ਮੌਜੂਦ ਸੰਗਤਾਂ ਦੇ ਵੱਲੋਂ ਇਸ ਬੇਅਦਬੀ ਕਰਨ ਵਾਲੇ ਸ਼ਖਸ ਨੂੰ ਪਕੜ ਲਿਆ ਜਾਂਦਾ ਤੇ ਮੌਕੇ ਦੇ ਉੱਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਜਿਹੜਾ ਕਰ ਦਿੱਤਾ ਜਾਂਦਾ ਪਰ ਇਹ ਬੇਅਦਬੀ ਦੀ ਘਟਨਾ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਖੜੇ ਕਰ ਰਹੀ ਹੈ ਕਿ ਆਖਿਰਕਾਰ ਕਦੋਂ ਤੱਕ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਸ਼ਰੀਆਮ ਹੁੰਦੀਆਂ ਰਹਿਣਗੀਆਂ ਕੀ ਕਾਰਨ ਹੈ ਬੇਅਦਬੀ ਦੀ ਘਟਨਾ ਦਾ ਕੋਣ ਹੈ ਇਸ ਪਿੱਛੇ ਜੋ ਇੰਨੀਆਂ ਵੱਡੀਆਂ-ਵੱਡੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿਵਾ ਰਿਹਾ ਵੱਡੇ ਸਵਾਲ ਜਿਹੜੇ ਨੇ ਇਸ ਤੋਂ ਬਾਅਦ ਖੜੇ ਹੋ ਗਏ ਨੇ ਲਗਾਤਾਰ ਬੇਅਦਬੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਉਸ ਤੋਂ ਪਹਿਲਾਂ ਵੀ ਕਈ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਪਰ ਹੁਣ ਇੱਕ ਵਾਰ ਫਿਰ ਇਸ ਵੱਡੀ ਬੇਅਦਬੀ ਦੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿ ਆਖਿਰਕਾਰ ਵਾਰ-ਵਾਰ ਕਿਉਂ ਗੁਰੂ ਸਾਹਿਬ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਆਖਿਰਕਾਰ ਕਿਉਂ ਸਿੱਖਾਂ ਨੂੰ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਕਈ ਤਰ੍ਹਾਂ ਦੇ ਵੱਡੇ ਸਵਾਲ ਜਿਹੜੇ ਨੇ ਵੀਡੀਓ ਖੜੇ ਕਰ ਰਹੀ ਹੈ ਇਸ ਵੀਡੀਓ ਨੂੰ ਹਰ ਇੱਕ ਤੱਕ ਪਹੁੰਚਾ ਦਿਓ ਤਾਂ ਜੋ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਦੋਸ਼ੀ ਨੂੰ ਜਲਦੀ ਤੋਂ ਜਲਦੀ ਸਖਤ ਸਜ਼ਾ ਜੜੀ ਹੈ ਮਿਲ ਸਕੇ